ਇਹ ਗੱਲ ਕੋਈ 16 ਸਾਲ ਪੁਰਾਣੀ ਐ ਜਦੋਂ ਅਸੀਂ ਸਾਡੇ ਪੁਰਾਣੇ ਕਾਰ ਵਿੱਚ ਰਹਿੰਦੇ ਸੀ ਟੁੱਟਿਆ ਜਾ ਵੇੜਾ ਵੇੜੇ ਦੇ ਵਿੱਚ ਲੱਗਿਆ ਹੋਇਆ ਇੱਕ ਨਿੰਮ ਦਾ ਰੁੱਖ ਉਹ ਨਿੰਮ ਦਾ ਰੁੱਖ ਮੈਨੂੰ ਅੱਜ ਵੀ ਬਹੁਤ ਚੇਤੇ ਆਉਂਦਾ ਏ ਉਸ ਰੁੱਖ ਦੇ ਉੱਪਰ ਇੱਕ ਚਿੜੀ ਆਉਂਦੀ ਸੀ ਜਿਹਨੇ ਉੱਥੇ ਆਪਣਾ ਆਲਣਾ ਬਣਾਇਆ ਹੋਇਆ ਸੀ ਉਸ ਆਲਣੇ ਦੇ ਅੰਦਰ ਉਹਨੇ ਹਰ ਵਾਰ ਆਉਣਾ ਤੇ ਆਪਣੇ ਬੱਚੇ ਦੇਣੇ ਮੈਂ ਆਪਣੇ ਛੋਟੇ ਭਰਾ ਦੇ ਨਾਲ ਰਲ ਕੇ ਉਦੇ ਆਲਣੇ ਦੇ ਅੰਦਰੋਂ ਬੱਚਿਆਂ ਨੂੰ ਦੇਖਣ ਲਈ ਜਾਂਦਾ ਸੀ ਨਿੱਕੇ-ਨਿੱਕੇ ਬੱਚੇ ਸਾਨੂੰ ਦੇਖਦੇ ਹੀ ਚੀਂ-ਚੀਂ ਕਰਦੇ ਸੀ ਫਿਰ ਇੱਕ ਦਿਨ ਇੱਕ ਤੂਫਾਨ ਆਇਆ ਉਸ ਤੂਫਾਨ ਨੇ ਉਸ ਆਲਣੇ ਨੂੰ ਥੱਲੇ ਸੁੱਟ ਦਿੱਤਾ ਅਤੇ ਉਹ ਬੱਚੇ ਵੀ ਬਿਨਾਂ ਘਰ ਤੋਂ ਮਰ ਗਏ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਘਰ ਦੀ ਅਹਿਮੀਅਤ ਕੀ ਹੁੰਦੀ ਹੈ ਆਪਣਾ ਘਰ ਆਪਣਾ ਹੀ ਹੁੰਦਾ ਹੈ